ਜਿਤਨੇ ਵਿਸ਼ਵਾਸ ਹਨ ਉਤੋਂ ਵੀ ਦੇਖ ਕਰਕੇ ਇਸ ਸੰਸਾਰ ਚ ਆਏ ਸਨ, ਕੋਈ ਦਿਨ ਪਹਿਲਾਂ ਪਰਮਾਤਮਾ ਦੇ ਹੁਕਮ ਅਨੁਸਾਰ ਕੁਛ ਚਰਨਾਂ ਵਿੱਚ ਜਾ ਕਰਦੇ ਹਨ, ਕਥਾ ਪਿੱਛੇ ਪੁਰਾਣੀ ਉਸ ਰੁਕਮ ਨੇ ਆਪਣੇ ਪੈਰ ਉੱਤੇ ਆਪਣੇ ਜਾਪ ਕਰਵਾਏ ਸ਼ਬਦ ਗਾਇਨ ਕਰਦੇ ਹਨ। ਇਹ ਹੋ ਸਕਣ ਅਸੀਂ ਸੁਣਿਆ ਜੋ ਹੋ ਰਿਹਾ ਸਮਝ ਸਕਦੇ ਆਪਣੇ ਸਤਿਕਾਰ ਨੂੰ ਸੁਣ ਕਰੀਏ, ਉਪਰੰਤ ਦੀਵਾਨ ਦੱਸਣਾ ਦੇਖ ਸਜਣ ਅਸੀਂ ਸੁਣਿਆ ਬਹਾਦਰ ਸੁਣੀਏ ਧਾਰਨਾ ਗਿਆ ਸਹਾਏ
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਥਾਈ ਹੋਏ ਸੁਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਤਰ ਜਾਲਿਆਂ ਚਾਲੀ ਮੁਕਤਿਆਂ ਬਿਨ ਸ਼ਹੀਦਾਂ ਜੱਤੀਆਂ ਸਦੀਆਂ ਮੁਖੀਆਂ ਕਦੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਸਹਿਜ ਦਾਨ ਸਦੇਸ ਦਾਨ ਸਾਹੋ ਦਾਨ ਭਰੋਸਾ ਦਾਨ ਦਾਨਾ ਸਿਦਾਨ ਨਾਮ ਦਾਨ ਸ੍ਰੀ ਦਾ ਸਾਥੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਪਿਆਸਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਫਿਰਦੇ ਆਤਮੇ ਸਰੂਪ ਚਵਰ ਤਖਤ ਛਤਰ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਮੂਹ ਸੰਗਤ ਦੇ ਵੱਲੋਂ ਸਤਿਗੁਰੂ ਜੀ ਆਪ ਜੀ ਦਾ ਇਲਾਹੀ ਪ੍ਰਵਾਨ ਹੈ ਸੁਨੀ ਪੈਦ ਕਹੇ ਹਉ ਹੀ ਭਲਾ ਕਾਰੂ ਮੇਰੇ ਵਾਸਣ ਇਹ ਤੋਂ ਬਸ ਗੋਪਾਲ ਕੀ ਜਾਂ ਭਾਵੇ ਦੀ ਸੱਸ ਜੇ ਹਰ ਆਪ ਜੀ ਦੇ ਦਰਸ਼ਨ ਗ੍ਰਹਿ ਵਿਖੇ ਉਹਨਾਂ ਦੀ ਆਤਮਾ ਸ਼ਾਹੀ ਬਾਣੀ ਦੇ ਕੀਰਤਨ ਹੋਏ ਨੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰੀਆਂ ਗਲਤੀਆਂ ਪੂਰੀਆਂ ਰਹਿ ਗਈਆਂ ਹੋਣਗੀਆਂ ਕਿਸੇ ਪਰਿਵਾਰ ਦੇ ਸ਼ਾਂਤੀ ਭਾਵਨਾ ਦੋ ਪਰਿਵਾਰ ਦੇ ਪਿੰਨੇ ਪ੍ਰਜਾ ਕਰਨਾ ਦਾਲ ਸੰਗਤ ਸ਼ੁਰੂ ਕਰਨੀ ਆਗੇ ਸੰਗੀ ਪਾਤਸ਼ਾਹੀ ਸਾਰੇ ਪਰਿਵਾਰ ਨੂੰ ਭਰੋਸਾ ਦਿੱਤਾ ਜੋ ਵੀ ਜਿੰਨੇ ਬੈਨੀਫਿਟ ਹੈਗੇ ਆ ਜੋ ਹੈ ਉਹ ਸਾਰੇ ਉਹਨਾਂ ਨੂੰ ਮਿਲਣਗੇ ਅਤੇ ਉਹ ਮੈਸੇਜ ਦੇ ਦਿੰਦੇ ਸਾ ਮਹਿਕਮਾ ਆਪ ਆ ਕੇ ਖੁਦ ਜਿਹੜਾ ਘਰ ਆ ਕੇ ਦੇਵੇ Yeah.
जिन
Oh, yes.
Thank you.
Oh,
ਸਰਦਾਰ ਸਿੰਘ ਕੋਲਕਾਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਕਿਰਥਾ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਧਿਆਨ ਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨਾ ਧਿਆਈਏ ਜਿਸ ਬਿਠੇ ਸਭ ਦੁਖ ਜਾਏ ਅਤੇ ਬਹਾਦਰ ਸੁਣੀਏ ਕਾਰਨਾ ਗਿਆਨਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਨੌਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਪਿੰਡ ਸ਼ਹੀਦਾਂ ਜੱਤੀਆਂ ਸਤੀਆਂ ਸੱਤੀਆਂ ਕਦੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਮਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਪਿਆਰਿਆਂ ਸਿੱਖੀ ਕਿਰਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਉਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਤਾਵੈ ਕਿਤਾਵਨ ਕਾ ਸਦਕ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈਸ ਦਾਨ ਕਦੇਸ ਦਾਨ ਸਾਹੋ ਦਾਨ ਭਰੋਸਾ ਦਾਨ ਗਾਨਾ ਸਿਦਾਨ ਨਾਮ ਦਾਨ ਸ੍ਰੀ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਓਟਿਆਂ ਦੇ ਉਹ ਸਿਆਸਤਾਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਫਿਰਦੇ ਆਤਮੇ ਸਰੂਪ ਚਵਰ ਤਖਤ ਛਤਰ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਮੂਹ ਸੰਗਤ ਦੇ ਵੱਲੋਂ ਸਤਿਗੁਰੂ ਜੀ ਆਪ ਜੀ ਦਾ ਇਲਾਹੀ ਪ੍ਰਵਾਨ ਹੈ ਕਬੀਰ ਪੈਦ ਕਹੇ ਹਉ ਹੀ ਭਲਾ ਕਾਰੂ ਮੇਰੇ ਵਾਸਣ ਇਹ ਤੋਂ ਬਸ ਗੋਪਾਲ ਕੀ ਜਾਂ ਭਾਵੇ ਦੀ ਖਸ ਜਿਹਾ ਤੇਰੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਗ੍ਰਹਿ ਲਿਖੇ ਉਹਨਾਂ ਦੀ ਆਤਮਾ ਸ਼ਾਹੀ ਬਾਣੀ ਦੇ ਕੀਰਤਨ ਹੋਏ ਨੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਅਨੇਕਾਂ ਬਰਸਾਤੀਆਂ ਗਲਤੀਆਂ ਲੜਕੀਆਂ ਹੋਣਗੀਆਂ ਜਿੱਥੇ ਪਰਿਵਾਰ ਦੇ ਸਥਾਨ ਦੇ ਭਾਰਤ ਦੀ ਗੱਲ ਕਰਦਾ ਹੈ ਜੋ ਪਰਿਵਾਰ ਦੇ ਪ੍ਰੇਮ ਪ੍ਰਗਟ ਕਰਨਾ ਦਾਲ ਸੰਕਟਨਾ ਸ਼ੁਰੂ ਕਰੇ ਆਪਣੇ ਸੋਝੀ ਅਤੇ ਸਮਰੱਥਾ ਬਖਸ਼ ਕਰੋ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਜਵਾਰੇ ਸੋ ਰਾਜੀ ਜਾਵੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਜੀਓ ਤਪ ਹੈ ਬਾਰ ਬਾਰ
ਤਾਮ ਤਾਮ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ ਜੀਓ ਤਪਤ ਹੈ ਬਾਰੋ ਬਾਰ ਤਾਪ ਤਾਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਕ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣਾ ਅੱਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੱਜ ਬੈਠੇ ਹੋ। ਸਭ ਤੋਂ ਪਹਿਲੋਂ ਗੁਰੂ ਫਤਿਹ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਵੀਰ ਬਲਜੀਤ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਉਹਨਾਂ ਦਾ ਸਮੂਹ ਪਰਿਵਾਰ ਇਲਾਕੇ ਦੇ ਪਤਵੰਤੇ ਸੱਜਣ ਉਹਨਾਂ ਦੇ ਸੁਨੇਹੀ ਸੱਜਣ ਉਹਨਾਂ ਦੇ ਮਹਿਕਮੇ ਵਿੱਚ ਉਹਨਾਂ ਦੇ ਸੁਨੇਹੀ ਸੱਜਣ ਅਤੇ ਮਹਿਕਮੇ ਦੇ ਵੀਰ ਕਿਹੜੇ ਨੇ ਉਸ ਇਸ ਸਮਾਗਮ ਵਿੱਚ ਹਾਜ਼ਰ ਹੋਏ ਨੇ। ਜ਼ਿੰਦਗੀ ਵਿੱਚ ਆਪਾਂ ਰੋਜ਼ਾਨਾ ਵੇਖਦੇ ਹਾਂ ਕਿ ਤੂੰ ਗੱਲ ਪ੍ਰਵਾਨ ਹੈ ਮਰਨ ਰਖਾਏ ਮੰਡਲ ਮੈਂ ਆਏ। ਇਹਦੇ ਵਿੱਚ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿਉਂਕਿ ਅਕਾਲ ਪੁਰਖ ਨੇ ਕੁਛ ਸਮਾਂ ਸਾਨੂੰ ਦੇ ਕੇ ਇਸ ਮਾਤਮਕ ਨੂੰ ਭੇਜਿਆ ਹੁੰਦਾ ਹੈ। ਇਹ ਸਰੀਰ ਕਰਮ ਦੀ ਧਰਤੀ ਮੱਥ ਮੱਥ ਤੱਤ ਘੜੀ ਹੈ। ਇਹ ਸਰੀਰ ਰਾਹੀਂ ਜੋ ਆਪਾਂ ਨੂੰ ਮਿਲਿਆ ਇਹ ਕਰਮ ਦੀ ਧਰਤੀ ਹੈ। ਦੋ ਜੋਨੀਆਂ ਮਨੁੱਖ ਜੋਨੀ ਕਰਮ ਜੋਨੀ ਹੈ। ਇਹ ਸਾਨੂੰ ਇਸ ਕਰਕੇ ਮਿਲਦੀ ਹੈ ਇਹਦੇ 'ਚ ਆਪਾਂ ਕਰਮ ਕਰਨਾ ਹੈ ਭਾਵੇਂ ਚੰਗਾ ਹੈ ਭਾਵੇਂ ਮੰਦਾ ਹੈ। ਪਸ਼ੂ ਜੋਨੀ ਜਿਹੜੀ ਭੋਗ ਜੋਨੀ ਹੈ ਉਹਨਾਂ ਦਾ ਕਰਮ ਸਿਰਫ ਖਾਣ ਪੀਣ ਅਤੇ ਆਪਣਾ ਜੋ ਸਮਾਂ ਮਿਲਿਆ ਉਹ ਗੁਜ਼ਾਰਨ ਦਾ ਸਮਾਂ ਹੈ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੁਆਈ ਗਿਰੇ ਬਹੁਤ ਨਾ ਲਾਗੇ ਡਾਰ। ਗੁਰਬਾਣੀ ਦੇ ਅਨੁਸਾਰ ਸਾਨੂੰ 84 ਲੱਖ ਜੋਨ ਤੋਂ ਬਾਅਦ ਮਨੁੱਖਾ ਜੋਨ ਪ੍ਰਾਪਤ ਹੁੰਦੇ ਹੈ। ਉਹਦੇ ਵਿੱਚ ਕੁਛ ਪੂਰਬਲੇ ਕਰਮ ਅਤੇ ਕੁਛ ਹੁਣ ਦੇ ਕੀਤੇ ਕਰਮ। ਆਪਣੇ ਬੱਚੇ ਦੀ ਪਾਲਣਾ ਕਰਦਾ ਹੈ, ਆਪਣੀ ਸਰਵਿਸ ਲੈਂਦਾ ਹੈ, ਆਪਣਾ ਪਰਿਵਾਰਕ ਜੀਵਨ ਬਤੀਤ ਕਰਦਾ ਹੈ, ਕੁਛ ਸਮਾਂ ਸਿਮਰਨ ਜੇ ਅਕਾਲ ਪੁਰਖ ਨੂੰ ਪ੍ਰਾਪਤ ਹੋਇਆ ਉਹ ਵੀ ਕਰਦਾ ਹੈ, ਆਪਣਾ ਆਉਣ ਵਾਲਾ ਅੱਗਾ ਜਿਹੜਾ ਹੈ ਉਸ ਨੂੰ ਸੰਭਾਲਦਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਜਿਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਪਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲ ਲਾਏ।
ये उस प्राणी कि सानू सेहत दे रहे ने गुरु साहब गुरु नानक देव पातशाह जिहड़े शरीर विचों बाणी विसर जांदी है अकाल पुरख विसर जांदा है नित नेम विसर जांदा है जो पक्का रोगी मिलना है पक्का रोगी आते कूड़े नूं ਉਹ ਪ੍ਰਾਣੀ ਜਿਹੜਾ ਹੈ ਉਹ ਕੋੜੇ ਅੱਗੋਂ ਆਪਣਾ ਜੀਵਨ ਬਤੀਤ ਕਰਦਾ ਅਤੇ ਮਿਲਣ ਆਉਂਦਾ ਸੰਸਾਰਕ ਯਾਤਰਾ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੇਧ ਦਿੰਦੇ ਬਿਰਖੇ ਹੇਠ ਸਭ ਜੰਤ ਇਕੱਥੇ ਇੱਕ ਤਰਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਪਿਆ ਉੱਚ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ ਸੰਸਾਰ ਨੂੰ ਇੱਕ ਬਿਰਖ ਦਾ ਰੂਪ ਦੇ ਕੇ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਵੀ ਇਹਦੇ ਉੱਤੇ ਸ਼ਾਮਾਂ ਨੂੰ ਪੰਛੀ ਬੈਠਦੇ ਨੇ ਕੋਈ ਤਰਤਾ ਬੋਲਦਾ ਹੈ ਕੋਈ ਠੰਡਾ ਬੋਲਦਾ ਕਿਸੇ ਦੀ ਆਵਾਜ਼ ਕਿਸੇ ਤਰ੍ਹਾਂ ਦੀ ਹੈ ਕਿਸੇ ਦੀ ਆਵਾਜ਼ ਸੁਣਨ ਨੂੰ ਜੀ ਕਰਦਾ ਅਤੇ ਕਿਸੇ ਨੂੰ ਜੀ ਕਰਦਾ ਵੀ ਇਹਨੂੰ ਆਪਾਂ ਰੋੜੇ ਮਾਰ ਕੇ ਭਜਾ ਦਈਏ ਸਭ ਸੁਣਨ ਯੋਗ ਨਹੀਂ ਕਰਦਾ ਇਸੇ ਤਰ੍ਹਾਂ ਸੰਸਾਰ ਦੀ ਰਚਨਾ ਵਿੱਚ ਪ੍ਰਾਣੀ ਜਦੋਂ ਆਉਂਦਾ ਹੈ ਉਹ ਆਪਣੇ ਕਰਮ ਕਰਦਾ ਹੈ ਉਹ ਆਪਣੇ ਆਲੇ ਦੁਆਲੇ ਨਾਲ ਆਪਣਾ ਜੀਵਨ ਜਦੋਂ ਬਤੀਤ ਕਰਦਾ ਉਹ ਬੜੀਆਂ ਮਿੱਠੀਆਂ ਸਾਂਝਾਂ ਛੱਡ ਕੇ ਜਾਂਦਾ ਹੈ ਆਪਣੇ ਬੱਚੇ ਹੈ ਆਪਣੀ ਪਤਨੀ ਹੈ ਮਾਤਾ ਪਿਤਾ ਹੈ ਉਹਨਾਂ ਦੀ ਸੇਵਾ ਕਰਦਾ ਔਰ ਸਮਾਂ ਬਿਤਾ ਬੀਤਣ ਤੋਂ ਬਾਅਦ ਫੂਟੇ ਘੜ ਜੋ ਪ੍ਰਾਣੀ ਪਤਾ ਹੀ ਨਹੀਂ ਲੱਗਦਾ ਜਿਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਦੱਸਦੇ ਵੀ ਘੜੇ ਦੀ ਮਿਸਾਲ ਦਿੱਤੀ ਹੈ ਘੜਾ ਥੋੜ੍ਹਾ ਜਿਹਾ ਫੁੱਟਿਆ ਹੋਵੇ ਬੂੰਦ ਬੂੰਦ ਪਾਣੀ ਕਰਕੇ ਨਿਕਲਦਾ ਹੋਵੇ ਆਖਿਰਕਾਰ ਉਹ ਜਿਹੜਾ ਪਾਣੀ ਉਹ ਸਮਾਪਤ ਹੋ ਜਾਂਦਾ ਇਸੇ ਤਰ੍ਹਾਂ ਜੀਵਨ ਹੈ ਇਹ ਸਿੱਧੇ ਸਿੱਧੇ ਸਮਾਪਤ ਹੋ ਜਾਂਦਾ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ ਤੇ ਹੰਸ ਤਜੀਏ ਕਾਇਆ ਹੰਸ ਰੂਹ ਨੂੰ ਕਹਿੰਦੇ ਨੇ ਜਦੋਂ ਇਹਦੇ ਪੰਜ ਭੂਤਕ ਸਰੀਰ ਵਿੱਚੋਂ ਆਪਣਾ ਲੇਖਾ ਪੂਰਾ ਕਰਕੇ ਉਹ ਨਿਕਲ ਜਾਂਦੇ ਹੈ ਉਦੋਂ ਫਿਰ ਅਸੀਂ ਆਉਂਦੇ ਹਾਂ ਵੀ ਪ੍ਰਾਣੀ ਜਿਹੜਾ ਹੈ ਸਾਡਾ ਸਾਥ ਛੱਡ ਗਿਆ ਮਰਨੋ ਮਰਨ ਕਹੇ ਸਰ ਕੋਈ ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁਨਾ ਮਰਨਾ ਹੋਵੇ ਮਰਨ ਦੋ ਪ੍ਰਕਾਰ ਦਾ ਹੈ ਗੁਰਬਾਣੀ ਅਨੁਸਾਰ ਹੀ ਜਿਹੜੇ ਪੰਜ ਭੂਤਕ ਦੇਹ ਤਿਆਗ ਗਿਆ ਜਿਸ ਨਾਲ ਸਰਦਾਰ ਬਲਜੀਤ ਸਿੰਘ ਜੀ ਇਸ ਸੰਸਾਰਕ ਰਚਨਾ ਨੂੰ ਪਰਿਵਾਰ ਨੂੰ ਆਪਣੇ ਸੱਜਣ ਸਿਹਾਂ ਨੂੰ ਵਿਛੋੜਾ ਦੇ ਗਏ ਇੱਕ ਮਰਨਾ ਆਤਮਾ ਦਾ ਜਦੋਂ ਅਭੇਦ ਹੋ ਕੇ ਉਹ ਗੁਰੂ ਚਰਨਾਂ ਵਿੱਚ ਚਲੀ ਜਾਏ ਤਾਂ ਆਵਾਗਮਨ ਦੇ ਚੱਕਰ ਤੋਂ ਭੱਜ ਜਾਏ ਇੱਕ ਮਰਨਾ ਉਹ ਅਰਦਾਸ ਕੀਤੀ ਗਈ ਕਿਉਂਕਿ ਸਰਦਾਰ ਬਲਜੀਤ ਸਿੰਘ ਜੀ ਦਾ ਪਰਿਵਾਰ ਤਿੰਨਾਂ ਭੈਣਾਂ ਵਿੱਚ ਇੱਕ ਭਾਈ ਹੈ ਔਰ ਬਾਬਾ ਜੀ ਦੀ ਕਾਰ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਨਾਲ ਇਸ ਪਰਿਵਾਰ ਦੀ ਪੰਡਾਲਾ ਵੱਲੋਂ ਰਿਸ਼ਤੇਦਾਰੀ ਜੁੜਦੀ ਹੈ ਬਾਬਾ ਭੋਲਾ ਸਿੰਘ ਜੀ ਜਿਹੜੇ ਜਥੇਦਾਰ ਨੇ ਤਾਂ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਬਾਬਾ ਜੀ ਵੱਲੋਂ ਬਾਬਾ ਭੋਲਾ ਜੀ ਨੂੰ ਭੇਜਿਆ ਗਿਆ ਭਾਵੇਂ ਰਿਸ਼ਤੇਦਾਰੀ ਹੈ ਪਰ ਫਿਰ ਵੀ ਸਮਾਜਿਕ ਤੌਰ 'ਤੇ ਇਹਨਾਂ ਦੀ ਜੋ ਰਿਸ਼ਤੇਦਾਰੀ ਜੁੜਦੀ ਹੈ ਉਹਦੇ ਕਰਕੇ ਭਾਈ ਬਲਜੀਤ ਸਿੰਘ ਜੀ ਨਾਲ ਸਮੁੱਚੀ ਜਥੇਬੰਦੀ ਜਿਹੜੀ ਕਾਰ ਸੇਵਾ ਦੀ ਉਹ ਪਰਿਵਾਰ ਨਾਲ ਦੁੱਖ ਮਨਾਉਣ ਵਾਸਤੇ ਹਾਜ਼ਰ ਹੋਈ ਅਰਦਾਸ ਕਰਦੇ ਇਸ ਪਿਛੜੀ ਰੂਹ ਨੂੰ ਬਾਬਾ ਬੁੱਢਾ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨੀ ਨਿਵਾਸ ਬਖਸ਼ਣ ਆਵਾਗਮਨ ਦੇ ਚੱਕਰ ਤੋਂ ਬਖਸ਼ਣ ਅਤੇ ਪਰਿਵਾਰ 'ਤੇ ਜਿਹੜਾ ਇਹ ਭਾਣਾ ਵਰਤਿਆ ਉਹਨੂੰ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਪ੍ਰਸਨੇਹ ਗੁਰਬਾਣੀ ਅਨੁਸਾਰ ਵਿਛੋੜਾ ਬਹੁਤ ਵੱਡਾ ਦੁੱਖ ਹੈ ਵਿਛੋੜਾ ਜਿਹੜਾ ਹੈ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਬਹੁਤ ਅਸਹਿ ਹੁੰਦਾ ਹੈ ਸੋ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ ਇਸ ਪਰਿਵਾਰ ਨੂੰ ਸੰਤਾਂ ਮਹਾਂਪੁਰਖਾਂ ਦੀ ਅਸੀਸ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਹੋਵੇ ਆਉਣ ਵਾਲੇ ਸਮੇਂ 'ਚ ਪਰਿਵਾਰ 'ਤੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰਨ ਆਏ ਸਨੇਹੀਆਂ ਵੱਲੋਂ ਅਰਦਾਸ ਕੀਤੀ ਗਈ ਹੈ ਬਾਬਾ ਜੀ ਸੰਗਤ ਦੀ ਅਰਦਾਸ ਭਗਵਾਨ ਕਰੋਂ ਪੀਰ ਸਾਹਿਬ ਤੋਂ ਆਏ ਕੀਰਤਨੀਆਂ ਸਿੰਘਾਂ ਨੇ ਮਨੋਹਰ ਕੀਰਤਨ ਗਾਈ ਕਈ ਹਾਜ਼ਰੀ ਭਰੀ ਹੈ ਇਸ ਸਮੇਂ ਵਿੱਚ
समूह संप्रदायकार सेवा बाबा दर्शन सिंह जी, बाबा भोला सिंह जी, बाबा संतोख सिंह जी, कल सिंह जी, संस्था वालों परिवार नाल दुख की सांझ करते हैं ਅਤੇ ਬੇਨਤੀ ਕਰਦੇ ਹਾਂ ਬਾਬਾ ਜੀ ਇਹਨਾਂ ਨੂੰ ਚਰਨੀ ਲਾ ਕੇ ਆਵਾਗਮ ਦੇ ਚੱਕਰ ਤੋਂ ਬਚਾਉਣ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ ਰਾਹ ਪ੍ਰਸ਼ਾਦੀ ਦੇਖ ਵਰਤੇ ਉਹਨਾਂ ਚਿਰ ਬੇਨਤੀ ਕਰਾਂਗੇ ਉਹਨਾਂ ਦੀ ਯਾਦ ਵਿੱਚ ਸਮੁੱਚੀ ਸੰਗਤ ਨੇ ਜਿੰਨਾ ਚਿਰ ਕੜਾਹ ਪ੍ਰਸ਼ਾਦੀ ਦੇਖ ਵਰਦੀ ਹੈ ਸਤਨਾਮ ਦੇ ਜਾਪ ਨਾਲ ਜੁੜਨਾ ਸਾਰੇ ਜਪਨਾ ਕਰੋ ਜੀ। ਸਤਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਅਰਦਾਸ ਚੀਟ ਹੈ ਮੈਂ ਕੋਈ ਦਾਖਲ ਹੋਇਆ ਉਹਦੇ ਸਾਰੇ ਪਰਿਵਾਰ ਨੂੰ ਭਰੋਸਾ ਦਿੱਤਾ ਜੋ ਵੀ ਬੈਨੀਫਿਟ ਹੈਗੇ ਜੋ ਹੈ ਉਹ ਸਾਰੇ ਉਹਨਾਂ ਨੂੰ ਮਿਲਣਗੇ ਅਤੇ ਉਹ ਮੈਸੇਜ ਦੇ ਦੇਣਾ ਸਾ ਮਹਿਕਮਾ ਆਪ ਆ ਕੇ ਖੁਦ ਜਿਹੜਾ ਘਰ ਆ ਕੇ ਦੇਵੇ। ਤੱਤੀ ਦਾ ਲਿਖਿਆ ਉਹਦਾ ਉਹ ਰਹਿ ਗਈ ਮਟੋਕੀਆਂ ਜੋ